ਸੋ ਹੈਲੋ ਦੋਸਤੋ, ਜਿਵੇਂ ਕਿ ਤੁਹਾਨੂੰ ਪ੍ਰੋਮਿਸ ਕੀਤਾ ਸੀ ਵੀ ਰੀਡਿੰਗ ਦੇ ਰੂਲ ਸਿਖਾਉਣ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਰੀਡਿੰਗ ਦੇ ਬਲੈਂਕਸ ਦੇ ਉੱਤੇ। ਅੱਜ ਇੱਕ ਬਲੈਂਕ ਕਰਕੇ ਦਿਖਾਉਂਦੇ ਹਾਂ, ਨਾਲ ਨਾਲ ਤੁਹਾਨੂੰ ਦੱਸਾਂਗੇ ਕਿਹੜੇ ਰੂਲ ਨੰਬਰ ਦੇ ਅਕੋਰਡਿੰਗ ਕਿਹੜਾ ਆਨਸਰ ਕਿੱਥੇ ਕਿਉਂ ਆ ਰਿਹਾ। ਸਟੇ ਟਿਊਨਡ। ਜਿਹੜੀਆਂ ਵੀ ਵੀਡੀਓਜ਼ ਤੁਸੀਂ ਪਹਿਲਾਂ ਦੇਖੀਆਂ ਬਹੁਤ ਵਧੀਆ ਲੱਗਿਆ, ਉਹਨਾਂ ਨੂੰ ਪਿਆਰ ਤੁਸੀਂ ਬਹੁਤ ਜ਼ਿਆਦਾ ਦਿੱਤਾ। ਡੇ 1, ਡੇ 2, ਡੇ 3 ਜਿਨ੍ਹਾਂ ਦੇ ਵਿੱਚ ਮੈਂ ਰੂਲਸ ਨੂੰ ਡਿਸਕਸ ਕੀਤਾ। ਅੱਜ ਡੇ 4 ਦੀ ਵਾਰੀ ਹੈ, ਯਾਨੀ ਕਿ ਅੱਜ ਆਪਾਂ ਗੱਲ ਕਰਾਂਗੇ ਇੱਕ ਰੀਡਿੰਗ ਦੀ ਡਿਸਕਸ਼ਨ ਦੇ ਉੱਤੇ। ਪੈਸੇਜ ਦੇ ਉੱਤੇ ਚੱਲਦੇ ਹਾਂ, ਤੁਹਾਨੂੰ ਸਕਰੀਨ 'ਤੇ ਦਿਖਾਉਂਦੇ ਹਾਂ ਅਤੇ ਨਾਲ ਨਾਲ ਆਪਾਂ ਰੀਡਿੰਗ ਕਰਦੇ ਹਾਂ। ਹੁਣ ਆਪਾਂ ਪਹਿਲੀ ਲਾਈਨ ਪੜ੍ਹਨ ਦੀ ਲੋੜ ਨਹੀਂ, ਆਪਾਂ ਫਟਾਫਟ ਆਂਸਰ ਦਿੰਦੇ ਹਾਂ ਜਿਵੇਂ ਅਸੀਂ ਤੁਹਾਨੂੰ ਕਰਕੇ ਦਿਖਾਉਂਦੇ ਹਾਂ ਲਾਈਕ ਆਂਸਰ, ਹੈ ਨਾ। ਸੋ ਦਾ ਦੇ ਨਾਲ ਕੀ ਲੱਗਦਾ? ਦਾ ਏ ਐਨ ਦਾ ਰੂਲ ਨੰਬਰ 8 to 10 ਦੇ ਵਿੱਚ ਜਿਹੜੀ ਡਿਸਕਸ਼ਨ ਕੀਤੀਆਂ ਹੋਈਆਂ ਉਹਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ। ਅਸੀਂ ਕਿਹਾ ਸੀ ਉਹਦੇ ਨਾਲ ਲੱਗਦਾ ਪ੍ਰੋਪਰ ਨਾਊਨ ਦਾ ਗ੍ਰੀਕ ਡੈਸ਼ ਟੂ ਬਿਲਡ। ਹੁਣ ਜਿਹੜਾ ਟੂ ਬਿਲਡ ਲਿਖਿਆ ਹੋਇਆ ਇਨਵਰਟਿਡ ਕਾਮਾਸ ਦੇ ਵਿੱਚ ਹੈ, ਇਹਦੇ ਕੰਨੀ ਵੀ ਧਿਆਨ ਦਿਆ ਕਰੋ, ਬਿਕੋਜ਼ ਇਹ ਇੱਕ ਨੋਰਮਲ ਵਰਡ ਨੀਗਾ, ਯਾਨੀ ਕਿ ਉਹਨਾਂ ਨੇ ਉਹਨੂੰ ਡਿਫਾਈਨ ਕੀਤਾ ਗਿਆ। ਆਪਾਂ ਜਿਵੇਂ ਕਹਿੰਦੇ ਹਾਂ ਇਟ ਇਜ਼ ਟੇਕਨ ਫਰੋਮ ਦਾ ਗ੍ਰੀਕ ਵਰਡ, ਹੈ ਨਾ, ਨੇਮਡ ਫਰੋਮ ਦਾ ਗ੍ਰੀਕ ਵਰਡ, ਇੱਦਾਂ ਕੁਛ ਆ ਜਾਂਦਾ। ਹੁਣ ਉਹ ਵਰਡ ਵਰਗਾ ਕੋਈ ਆਂਸਰ ਹੈ ਨਹੀਂ। ਹੁਣ ਇੱਥੇ ਆਂਸਰ ਕੀ ਆਊਗਾ? ਫਰੋਮ ਦਾ ਗ੍ਰੀਕ, ਗ੍ਰੀਕ ਇੱਕ ਐਡਜੈਕਟਿਵ ਟੋਨ ਆਇਆ ਇੱਥੇ, ਇਹਦੇ ਬਾਅਦ ਆਊਗਾ ਨਾਊਨ। ਸੋ ਨਾਊਨ ਕਿਹੜੀ ਫਾਰਮ 'ਚ ਆ ਸਕਦਾ? ਕਿਸੇ ਵੀ ਫਾਰਮ ਦੇ ਵਿੱਚ। ਫਰੋਮ ਦਾ ਗ੍ਰੀਕ ਆਰਗਿਊ, ਫਾਊਂਡੇਸ਼ਨ ਨਹੀਂ, ਰੈਲੇਟਿਵ, ਰੈਫਰ, ਸਟੇਟਸ, ਫਰੈਗਮੈਂਟਡ, ਰੂਟ। ਮੈਂ ਉਹੀ ਸਿਰਫ ਹਾਈਲਾਈਟ ਕਰੂੰਗਾ ਜਿਹੜੇ ਵਰਡਸ ਆ ਸਕਦੇ, ਬਿਕੋਜ਼ ਤੁਹਾਨੂੰ ਪਤਾ ਵੀਡੀਓਜ਼ ਤੁਸੀਂ ਦੇਖੀਆਂ ਹੋਈਆਂ ਵੀ ਨਾਊਨ ਕਿਹੜੇ ਹੁੰਦੇ ਆ, ਪਹਿਚਾਣੇ ਕਿਵੇਂ ਜਾਂਦੇ ਆ। ਰੀਸੈਂਟਲੀ ਬ੍ਰੋਕਨ ਟਾਕ, ਓਕੇ ਜੀ, ਗ੍ਰੀਕ ਰੂਟ ਆ ਸਕਦਾ ਜਾਂ ਫਿਰ ਗ੍ਰੀਕ ਫਾਊਂਡੇਸ਼ਨ ਆ ਸਕਦਾ। ਸੋ ਦੇਖੋ ਦੋਨਾਂ 'ਚ ਕੀ ਆਊਗਾ? ਓਬਵੀਅਸਲੀ ਗ੍ਰੀਕ ਰੂਟ, ਯਾਨੀ ਕਿ ਪੁਰਾਣੀਆਂ ਜੜ੍ਹਾਂ ਤੋਂ। ਵਿੱਚ ਡੈਸ਼ ਟੂ, ਹੁਣ ਆਪਾਂ ਜਿਹੜਾ ਰੂਲ ਨੰਬਰ 25 ਹੁਣੇ ਡਿਸਕਸ ਕਰਕੇ ਹਟੇ ਹਾਂ, ਵਿੱਚ ਡੈਸ਼ ਟੂ ਜਿਹੜਾ ਕਿ ਐਂ ਕਰਦਾ ਹੈ, ਨਾਲੇ ਟੋਨ ਵੀ ਇਹ ਆ ਰਹੀ ਹੈ, ਕਿਹੜੀ ਟੋਨ ਆ ਰਹੀ ਹੈ? ਪ੍ਰੈਜੈਂਟ ਇਨਡੈਫੀਨਿਟ। ਰੂਲ ਨੰਬਰ 13 and 14 ਦੇ ਵਿੱਚ ਡਿਸਕਸ ਕੀਤੀ ਹੋਈ, ਉਹ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕੀ ਹੁੰਦਾ। ਵਿੱਚ ਡੈਸ਼ ਟੂ, ਆਰਗਿਊ ਟੂ, ਨਾਲੇ ਤੁਹਾਨੂੰ ਪਤਾ ਇੱਥੇ ਵਰਬ ਆ ਰਹੀ ਹੈ, ਆਰਗਿਊ ਟੂ, ਫਾਊਂਡੇਸ਼ਨ ਟੂ, ਰੈਲੇਟਿਵ ਟੂ, ਰੈਫਰਸ ਟੂ, ਸਟੇਟਸ ਦੇ ਨਾਲ ਟੂ ਨਹੀਂ ਚੱਲਦਾ ਪਿਆ, ਫਰੈਗਮੈਂਟਡ ਟੂ, ਰੈਲੀਵੈਂਟਲੀ ਟੂ, ਬ੍ਰੋਕਨ ਟੂ, ਟਾਕਸ ਟੂ, ਨਾ ਤਾਂ ਟਾਕਸ ਟੂ ਆ ਰਿਹਾ, ਸਿਰਫ ਰੈਫਰਸ ਟੂ, ਯਾਨੀ ਕਿ ਉਹਦਾ ਮੀਨਿੰਗ ਸਮਝਾ ਰਿਹਾ। ਰੈਫਰਸ ਟੂ ਇਜ਼ ਦਾ ਆਨਸਰ। ਅਗਲਾ, ਦਾ ਥਿਊਰੀ ਆਫ ਪਲੇਟ ਟੈਕਟੋਨਿਕਸ ਡੈਸ਼ ਦੈਟ, ਹੁਣ ਦੈਟ ਦੇ ਨਾਲ ਵੀ ਸੇਮ ਚੀਜ਼ ਕਰੋ, ਦ ਥਿਊਰੀ ਆਫ ਦਾ ਪਲੇਟ ਟੈਕਟੋਨਿਕਸ ਡੈਸ਼ ਦੈਟ। ਥਿਊਰੀ ਕੀ ਕਰਦੀ ਹੈ? ਹੁਣ ਇੱਥੇ ਇੱਕ ਬੱਚੇ ਨੂੰ ਧਿਆਨ ਦਿਓ, ਫਿਰ ਟੋਨ ਸੇਮ ਹੀ ਯੂਜ਼ ਹੋ ਰਹੀ ਹੈ, ਇਨਡੈਫੀਨੇਟ ਟੋਨ ਹੀ ਯੂਜ਼ ਹੋ ਰਹੀ ਹੈ, 13-14 ਰੂਲ ਨੰਬਰ। ਸਟੇਟਸ ਦੈਟ, ਹੁਣ ਬੱਚਾ ਕਹੂਗਾ ਸਰ ਤੁਸੀਂ ਕਿਹਾ ਸੀ ਨਾਊਨ ਪਲੂਰਲ ਹੈ ਤਾਂ ਵਰਬ ਪਲੂਰਲ ਨਹੀਂ ਆਉਂਦਾ। ਹੁਣ ਇੱਥੇ ਧਿਆਨ ਦੇਣਾ ਵੀ ਨਾਊਨ ਕਿਹੜੇ ਨਾਲ ਆਹ ਵਾਲਾ ਵਰਬ ਲੱਗਿਆ ਸੀ? ਦਾ ਥਿਊਰੀ ਆਫ ਪਲੇਟ ਟੈਕਟੋਨਿਕਸ, ਯਾਨੀ ਕਿ ਉਹਦੀ ਥਿਊਰੀ ਸਟੇਟ ਕਰਦੀ ਹੈ, ਨਾ ਕਿ ਟੈਕਟੋਨਿਕ ਪਲੇਟ ਸਟੇਟ ਕਰਦਾ, ਉਹਦੀ ਥਿਊਰੀ ਸਟੇਟ ਕਰਦੀ ਹੈ। ਇਸ ਕਰਕੇ ਜੇ ਉੱਥੇ ਥਿਊਰੀਜ਼ ਹੁੰਦਾ ਇੱਥੇ ਸਟੇਟ ਆਉਣਾ ਸੀ। ਸਟੇਟਸ ਦੈਟ, ਦੈਟ ਦੇ ਨਾਲ ਟੋਟਲੀ ਕੋਲੋਕੇਸ਼ਨ। ਰੂਲ ਨੰਬਰ 25, ਆਊਟਰ ਮੋਸਟ ਲੇਅਰ ਇਜ਼ ਡੈਸ਼ ਇਨ ਟੂ। ਯੈਸ, ਇਸ ਦੇ ਨਾਲ ਕੀ ਲੱਗਦਾ? ਜਲਦੀ ਜਲਦੀ ਜਲਦੀ। ਰੂਲ ਨੰਬਰ 3 ਦੇ ਅਕੋਰਡਿੰਗ ਪਾਸਟ ਟੋਨ ਜਾਂ ING ਨਹੀਂ ਆਊਗਾ, ਨਹੀਂ ਆਊਗਾ, ਨਹੀਂ ਆਊਗਾ। ਫਰੈਗਮੈਂਟਡ ਆ ਸਕਦਾ, ਰੈਲੀਵੈਂਟਲੀ ਨੋ, ਬ੍ਰੋਕਨ ਆ ਸਕਦਾ, ਟਾਕਸ। ਹੁਣ ਬੱਚਿਆਂ ਨੇ ਬਹੁਤਿਆਂ ਨੇ ਆਨਸਰ ਦਿੱਤਾ ਹੁਣ ਸਰ ਫਰੈਗਮੈਂਟਡ ਪਹਿਲੀਆਂ 'ਚ ਹੀ, ਬਟ ਉਹਨਾਂ ਨੂੰ ਬ੍ਰੋਕਨ ਕੰਨੀ ਉਹਨਾਂ ਨੇ ਧਿਆਨ ਨਹੀਂ ਦਿੱਤਾ। ਰੀਜ਼ਨ ਹੈ ਉਹ ਜਸਟ ਜਦੋਂ ਥਰਡ ਫਾਰਮ ਕਹਿ ਦਿੰਦੇ ਤਾਂ ED ਲੱਭਦੇ ਆ, ED ਨਹੀਂ ਮਤਲਬ ਥਰਡ ਫਾਰਮ, ਫਸਟ, ਸੈਕਿੰਡ, ਥਰਡ, ਤੁਹਾਨੂੰ ਤਿੰਨੇ ਪਤਾ ਹੋਣੀਆਂ ਚਾਹੀਦੀਆਂ ਕਿਹੜੀਆਂ ਕਿਹੜੀਆਂ। ਫਰੈਗਮੈਂਟਡ ਇਨ ਟੂ ਔਰ ਬ੍ਰੋਕਨ ਇਨ ਟੂ ਅ ਡਜ਼ਨ ਐਂਡ ਲਾਰਜਰ ਸਮਾਲ ਪਲੇਟਸ। ਡਜ਼ਨ ਦੇ ਵਿੱਚ ਉਹ ਚੀਜ਼ ਉੱਥੇ ਫਰੈਗਮੈਂਟ ਹੋਈ ਹੈ, ਥੋੜ੍ਹਾ ਜਿਹਾ ਅਕੈਡਮਿਕ ਆਨਸਰ ਆਇਆ, ਸਿੰਪਲ ਬ੍ਰੋਕਨ ਇਨ ਟੂ ਨਹੀਂ ਆਪਾਂ ਦੇ ਸਕਦੇ, ਉਹਦਾ ਟੁੱਟ ਗਿਆ, ਫਰੈਗਮੈਂਟਡ ਕਰ ਦੇਣਾ, ਹਿੱਸੇ ਕਰ ਦੇਣਾ ਕਿਸੇ ਚੀਜ਼ ਦੇ। ਆਰ ਮੂਵਿੰਗ ਡੈਸ਼ ਟੂ ਵਨ ਅਨਦਰ, ਹੁਣ ਜਿਵੇਂ ਇੱਥੇ ਤੁਹਾਨੂੰ ਕੁਛ ਨਹੀਂ ਕਲੀਅਰ ਹੋ ਰਿਹਾ ਵੀ ਪਾਰਟ ਆਫ ਸਪੀਚ ਦੇ ਅਕੋਰਡਿੰਗ ਇੱਥੇ ਕੀ ਆ ਰਿਹਾ, ਹੁਣ ਸੈਂਸ ਕਰਨੀ ਚੱਲੋ ਥੋੜ੍ਹਾ ਜਿਹਾ। ਪਲੇਟਸ ਦੈਟ ਆਰ ਮੂਵਿੰਗ ਡੈਸ਼ ਟੂ ਵਨ ਅਨਦਰ, ਆਨਸਰ ਫਿਰ ਉਹ ਜਿਹੜਾ ਟੂ ਦੇ ਨਾਲ ਰਿਲੇਟ ਕਰੇ। ਰੂਲ ਨੰਬਰ 25, ਆਰਗਿਊ ਟੂ, ਫਾਊਂਡੇਸ਼ਨ ਟੂ, ਰੈਲੇਟਿਵ ਟੂ, ਰੈਲੀਵੈਂਟਲੀ ਟੂ ਵਨ ਅਨਦਰ, LY
ਆਰ ਮੂਵਿੰਗ ਰੈਲੇਵੈਂਟਲੀ ਟੂ, ਥੋੜ੍ਹਾ ਜਿਹਾ ਬੱਚਾ ਕਹੂਗਾ ਸਰ ਆ ਵੀ ਸਕਦਾ ਬਿਕੋਜ਼ ਵਰਬ ਐਡਵਰਬ ਜਿਹੜੇ ਮੈਂ ਤੁਹਾਨੂੰ ਸਮਝਾਏ ਸੀ ਉਹ ਵੀ ਇੱਥੇ ਆ ਸਕਦੇ ਆ। ਆਰ ਬ੍ਰੋਕਨ ਟੂ ਟਾਕਸ ਟੂ, ਨਹੀਂ ਰੈਲੇਟਿਵ ਟੂ ਵਨ ਅਨਦਰ, ਯਾਨੀ ਕਿ ਇੱਕ ਦੂਜੇ ਨਾਲ ਰਲਦੇ ਮਿਲਦੇ ਹੋਏ ਚੱਲਦੇ ਆ। ਹੇ ਵੀ ਗੋ ਰੈਂਡਮ ਤੁਹਾਡੇ ਸਾਹਮਣੇ ਕਲਿੱਕ ਕੀਤਾ ਹੁਣ ਜੇ ਆਪਾਂ ਦੇਖਦੇ ਹਾਂ ਵਿੱਚ ਡੈਸ਼ ਪ੍ਰੈਜੈਂਟ ਡੇ ਸਾਊਥ ਅਮੈਰੀਕਾ, ਜਿਹੜਾ ਪ੍ਰੈਜੈਂਟ ਡੇ ਸਾਊਥ ਅਮੈਰੀਕਾ ਹੈ ਗੋਂਡਵਾਨਾ ਵਿੱਚ ਡੈਸ਼ ਵਿੱਚ ਓਵਰ ਵਿੱਚ ਮਿਸ ਅੰਡਰਸਟੂਡ ਵਿੱਚ ਇਨਕੋਰਪੋਰੇਟਿਡ ਵਿੱਚ ਸੈਪਰੇਟ ਵਿੱਚ ਸਟ੍ਰੈਚ, ਨਹੀਂ ਪਤਾ ਲੱਗਿਆ ਛੱਡ ਦਿਓ ਅੱਗੇ ਚਲੋ। ਮੋਰ ਕੰਟੀਨੈਂਟਸ ਕੋਲਾਈਡਡ ਵਿਦ ਦਾ ਅਰਲੀ ਗੋਂਡਵਾਨਾ ਡੈਸ਼ ਟਾਈਮ ਟੂ ਫੋਰਮ ਪੈਂਗਿਆ, ਓਵਰ ਟਾਈਮ, ਟਾਈਮ ਦੇ ਨਾਲ ਕਿਹੜਾ ਵਰਡ ਜ਼ਿਆਦਾ ਚੱਲਦਾ ਪਿਆ ਓਵਰ ਟਾਈਮ, ਯਾਨੀ ਕਿ ਲੰਬੇ ਸਮੇਂ ਤੋਂ ਆਹ ਚੀਜ਼ਾਂ ਹੁੰਦੀ ਆ ਰਹੀ ਹੈ ਨਾ। ਇਟ ਵਾਜ ਇਮੈਂਸ ਬਾਈ ਐਨੀ ਡੈਸ਼ ਆਫ ਦਾ ਇਮੈਜੀਨੇਸ਼ਨ, ਬਾਈ ਐਨੀ ਸਟ੍ਰੈਚ ਆਫ ਇਮੈਜੀਨੇਸ਼ਨ ਇਜ਼ ਅ ਕੋਲੋਕੇਸ਼ਨ ਵਿੱਚ ਡੈਸ਼ ਪ੍ਰੈਜੈਂਟ ਇਜ਼ ਸਾਊਥ ਅਮਰੀਕਾ ਵਿੱਚ ਇਨਕੋਰਪੋਰੇਟਿਡ, ਇਨਕੋਰਪੋਰੇਟ ਕਰਨਾ ਸਥਾਪਿਤ ਕਰ ਦੇਣਾ, ਮਿਸਅੰਡਰਸਟੂਡ ਨਹੀਂ ਆਊਗਾ, ਸੈਪਰੇਟ ਨਹੀਂ ਕਰਦਾ, ਸੈਪਰੇਟ ਆਉਣਾ ਸੀ ਇਹਦੇ ਤੋਂ ਉਹਨੂੰ ਸੈਪਰੇਟ ਕਰਦਾ, ਸੈਕਿੰਡ ਪਾਰਟ ਹੈ ਨਹੀਂ ਇਸ ਕਰਕੇ ਆਪਾਂ ਇਹਨੂੰ ਇਨਕੋਰਪੋਰੇਟਿਡ ਆਨਸਰ ਦੇਤਾ। ਹੁਣ ਇਹ ਆਨਸਰਸ ਕਿਵੇਂ ਹੋਏ ਆ ਇਹ ਸਾਰੇ ਥੋੜ੍ਹੇ ਜਿਹੇ ਲਾਈਕ ਅੰਡਰਸਟੈਂਡਿੰਗ ਬੇਸਡ ਹੈ, ਜੇ ਕੋਈ ਆਨਸਰ ਤੁਹਾਨੂੰ ਗਰਾਮਰ ਦੇ ਰੂਲਸ ਦੇ ਬੇਸ ਨਹੀਂ ਆ ਰਿਹਾ ਤੁਹਾਨੂੰ ਅੰਡਰਸਟੈਂਡਿੰਗ ਦੀ ਲੋੜ ਪੈ ਰਹੀ ਹੈ, ਮਤਲਬ ਤੁਹਾਨੂੰ ਥੋੜ੍ਹੀ ਜਿਹੀ ਰੀਡਿੰਗ ਜ਼ਿਆਦਾ ਕਰਨੀ ਪੈਣੀ ਹੈ, ਲੱਗ ਜੂਗਾ ਪਤਾ ਅੱਜ ਨਹੀਂ ਲੱਗਦਾ ਕੱਲ੍ਹ ਲੱਗ ਜੂਗਾ, ਚੀਜ਼ਾਂ ਦੀ ਸਮਝ ਲੱਗਣ ਲੱਗ ਜੂਗੀ, ਇਨਕੋਰਪੋਰੇਟਿਡ ਦਾ ਮੀਨਿੰਗ ਕਹਿੰਦਾ ਸਰ ਮੈਨੂੰ ਤਾਂ ਪਤਾ ਹੀ ਨਹੀਂ ਸੀ, ਬਟ ਇਹ ਤਾਂ ਪਤਾ ਸੀ ਬਾਕੀ ਦੋਵਾਂ ਦਾ ਮੀਨਿੰਗ ਉੱਥੇ ਆ ਹੀ ਨਹੀਂ ਸਕਦਾ ਤਾਂ ਉਹਨੂੰ ਚੁੱਪ ਕਰਕੇ ਰੱਖ ਦਿਓ। ਇਹੀ ਚੀਜ਼ ਹੈ ਜਿਹੜੀ ਮੈਂ ਪਹਿਲਾਂ ਵੀ ਦੱਸਦਾ ਆ ਰਿਹਾ ਵੀ ਰੀਡਿੰਗ ਹਰੇਕ ਬੱਚੇ ਲਈ ਈਜ਼ੀ ਕਦੋਂ ਹੋ ਜਾਂਦੀ ਹੈ, ਜਦੋਂ ਉਹਨੂੰ ਆ ਸ਼ਾਰਟਕੱਟਸ ਜੇ ਪਤਾ ਲੱਗਣ ਲੱਗ ਜਾਂਦੇ ਆ ਲਾਈਕ ਓਵਰ ਟਾਈਮ ਲੰਬੇ ਸਮੇਂ ਤੋਂ, ਹੈ ਨਾ, ਸਟ੍ਰੈਚ ਆਫ ਇਮੈਜੀਨੇਸ਼ਨ, ਇਹ ਕਦੇ ਆਪਾਂ ਸੁਣ ਕੇ ਵੀ ਨਹੀਂ ਦੇਖਿਆ ਹੋਣਾ ਜਾਂ ਤੁਸੀਂ ਕਦੇ ਨੋਟ ਨਹੀਂ ਕੀਤਾ ਹੋਣਾ, ਜਦੋਂ ਚੀਜ਼ ਦਾ ਪਤਾ ਲੱਗ ਜਾਂਦਾ ਆਂਸਰ ਆ ਗਿਆ ਉਹਨੂੰ ਨੋਟ ਕਰਿਆ ਕਰੋ। ਇੱਕ ਵਾਰੀ ਆਪਾਂ ਕਰਾਂਗੇ ਰੀਡਿੰਗ ਵਾਲੀਆਂ ਬਲੈਂਕਸ ਹੀ, ਬਾਅਦ 'ਚ ਚੱਲਾਂਗੇ ਰੀਡਿੰਗ ਐਂਡ ਰਾਈਟਿੰਗਸ ਦੇ ਉੱਤੇ, ਬਿਕੋਜ਼ ਜਿਹੜੇ ਉਹ ਰੂਲਸ ਆ ਉਹ ਜ਼ਿਆਦਾ ਇੰਪਲੀਮੈਂਟ ਕਰਦੇ ਰੀਡਿੰਗ ਬਲੈਂਕਸ 'ਤੇ, ਜਦੋਂ ਰੀਡਿੰਗ ਬਲੈਂਕਸ ਸਹੀ ਹੋਣ ਲੱਗ ਗਈਆਂ ਆਟੋਮੈਟਿਕਲੀ ਤੁਹਾਡੀ ਰੀਡਿੰਗ ਰਾਈਟਿੰਗ ਵੀ ਸਹੀ ਹੋਣ ਲੱਗ ਜਾਣਗੀਆਂ। ਹਾਲੇ ਵੀ ਕਨਫਿਊਜ਼ਨ ਚੱਲਦੀ ਹੈ ਤੁਹਾਡੇ ਦਿਮਾਗ 'ਚ ਬਹੁਤ ਜ਼ਿਆਦਾ ਵੀ ਇੱਥੇ ਆ ਹੋਊਗਾ ਕਿਆ ਹੋਊਗਾ, ਆਪਾਂ ਕੱਢਦੇ ਰਹਿੰਦੇ ਡੇ ਬਾਏ ਡੇ ਆਪਾਂ ਰੀਡਿੰਗ ਕਰੀ ਜਾਵਾਂਗੇ, ਹੁਣ ਤੁਸੀਂ ਵੀਡੀਓ ਦੇਖਦੇ ਰਹੋ ਲਗਾਤਾਰ। ਜਿਹਨੇ ਵੀਡੀਓਸ ਨਹੀਂ ਦੇਖਿਆ ਪੁਰਾਣੀਆਂ ਲਿੰਕ ਉੱਤੇ ਸ਼ੇਅਰ ਕਰ ਦਿੰਦੇ ਹਾਂ, ਅੱਗੇ ਐਂਡ ਸਕਰੀਨ ਦੇ ਵੀ ਆਊਗੇ ਸਾਰੇ ਲਿੰਕਸ, ਡੇ ਵਨ ਡੇ ਟੂ ਡੇ ਥ੍ਰੀ ਦੀਆਂ ਵੀਡੀਓਜ਼ ਦੇ ਲਿੰਕ, ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਫਿਰ ਹੀ ਅੱਗੇ ਚੱਲਿਓ, ਅਦਰਵਾਈਜ਼ ਅਜੇ ਮੈਂ ਰਨਿੰਗ ਵੇ ਨਾਲ ਕਰਾਈ ਨਾ ਤੁਸੀਂ ਤਾਂ ਸੋਚੋਗੇ ਸਰ ਤਾਂ ਹੀ ਬਸ ਊਲ ਜਲੂਲ ਜਾ ਕਰਾ ਕੇ ਤੋਰ ਦਿੰਦੇ ਆ, ਬਟ ਊਲ ਜਲੂਲ ਉਹਨਾਂ ਨੂੰ ਸਮਝ ਲੱਗ ਰਹੀ ਜਿਨ੍ਹਾਂ ਨੇ ਡੇ ਵਨ ਡੇ ਟੂ ਡੇ ਥ੍ਰੀ ਦੀ ਵੀਡੀਓ ਦੇਖੀ ਹੈ।